ਤਾਂ ਬਾਜਵਾ ਕਿੱਕਰ ਨੂੰ ਜੱਫੀ ਪਾਈ ਬੈਠਾ ਹੋਊਗਾ, ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿੱਕਰ ਨਾਲ, ਮੇਰੇ ਦਾਦਾ ਜੀ ਇਸੇ ਕਿੱਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਹੈ। ਅਸੀਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਬੋਟਾਂ ਬਣਾ ਦਿਓ, ਆ ਚੰਦੂ ਮਾਜਰੇ ਹੋਰੀ ਮੈਂ ਤੁਹਾਨੂੰ ਨਹਿਰਾਂ 'ਚ ਤਾਰੀਆਂ ਲਾਉਂਦੇ ਦਿਖਾਊਂਗੀ। ਮੇਰਾ ਦਾਦੇ ਨੇ ਵੀ ਇੱਥੇ ਸਿੱਖੀ ਸੀ ਜਿਹੜੀ ਤੈਰਾਕੀ, ਤੈਰਨਾ ਇਸੇ ਨਹਿਰ 'ਚ ਹੀ ਸਿੱਖਿਆ ਸੀ, ਮੱਝਾਂ ਮੁੱਝਾਂ ਵੀ ਇੱਥੇ ਨਵਾਉਂਦੇ ਰਹੇ ਹਾਂ, ਬਹੁਤ ਪੁਰਾਣਾ ਸੰਬੰਧ ਹੈ ਇਸ ਨਹਿਰ ਨਾਲ। ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ, ਲੈ ਦੱਸ। ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਦਾ ਇਕੱਲਾ ਬਸ ਇਹੀ ਕੰਮ 'ਤੇ ਸੀ, ਮੇਰਾ ਪੁੱਤ, ਉਹਦਾ ਭਤੀਜਾ, ਇਹਦਾ ਸਾਲਾ, ਉਹਦਾ ਜੀਜਾ, ਆਹੀ ਬਸ ਕੰਮ, ਹੋਰ ਕੋਈ ਕੰਮ ਹੀ ਨਹੀਂ ਸੀ। ਇੱਥੇ 43,000 ਨੌਕਰੀਆਂ ਤੁਹਾਡੇ ਸਾਹਮਣੇ, 43,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾ ਤੁਹਾਡਾ ਪੁੱਤ, ਤੁਸੀਂ ਜਿਹਨੂੰ ਮੁੱਖ ਮੰਤਰੀ ਬਣਾਇਆ, 1 ਰੁਪਈਆ ਵੀ ਇੱਕ ਬੰਦਾ ਕਹਿ ਦੇ ਵੀ 1 ਰੁਪਈਆ ਲੱਗਿਆ ਵੀ ਚਾਹ ਦਾ ਕੱਪ ਪਿਆ ਤਾਂ ਫਲਾਨੇ ਬੰਦੇ ਨੂੰ ਨੌਕਰੀ ਲੈਣ ਵੇਲੇ, ਤਾਂ ਮੈਨੂੰ ਮੈਂ ਜ਼ਿੰਮੇਵਾਰ ਹੋਊਂਗਾ ਜੀ। ਤੁਹਾਡੇ ਵੀ ਨੌਕਰੀਆਂ ਮਿਲੀਆਂ ਹੋਣਗੀਆਂ, ਇੱਥੇ ਇੱਧਰਲੇ ਪਾਸੇ ਬਹੁਤ ਸਾਰੀਆਂ ਨੌਕਰੀਆਂ ਮਿਲੀਆਂ ਹੋਣਗੀਆਂ। ਇਹ ਤੋਂ ਪਹਿਲਾਂ ਸਰਕਾਰਾਂ ਕੀ ਕਰਦੀਆਂ ਸੀ, ਮਜ਼ਾਕ ਕਰਦੀਆਂ ਸੀ ਸ਼ਹੀਦਾਂ ਨਾਲ, ਸ਼ਹੀਦ ਦੀ ਵਿਧਵਾ ਨੂੰ ਸਿਲਾਈ ਮਸ਼ੀਨ, ਦੱਸੋ ਆਹ ਉਹਦੀ ਕਦਰ ਪਾਉਂਦੇ ਸੀ। ਵੀਰੋ ਦਿੱਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਜਦੋਂ, ਉੱਥੋਂ ਉਦੋਂ ਤੋਂ ਲੈ ਕੇ ਅਤੇ ਪੰਜਾਬ ਜਦੋਂ ਬਣੀ ਆਪਣੀ ਸਰਕਾਰ ਉਦੋਂ ਤੋਂ ਲੈ ਕੇ ਪਹਿਲੇ ਦਿਨ ਤੋਂ 1 ਕਰੋੜ ਰੁਪਈਆ ਸ਼ਹੀਦ, ਜੇ ਕੋਈ ਸਾਡਾ ਜਵਾਨ ਸ਼ਹੀਦ ਹੋ ਜਾਏ ਸਰਹੱਦ 'ਤੇ, 1 ਕਰੋੜ ਰੁਪਈਆ ਉਹਦੇ ਭੋਗ ਤੋਂ ਪਹਿਲਾਂ ਉਹਦੇ ਘਰੇ ਦੇ ਕੇ ਆਉਂਦੇ ਹਾਂ, ਮਾਨ ਸਨਮਾਨ ਦੀ ਰਾਸ਼ੀ ਹੈ। ਕੋਈ ਉਹਦੇ ਨਾਲ ਸ਼ਹੀਦ ਦੀ ਅਸੀਂ ਕੀਮਤ ਨਹੀਂ ਪਾ ਰਹੇ, ਕੋਈ ਉਹਦੇ ਨਾਲ ਮੁੱਲ ਨਹੀਂ ਕੋਈ ਸ਼ਹੀਦ ਦੀ ਜਾਨ ਦਾ ਪਾ ਸਕਦਾ, ਪਰ ਮਾਨ ਸਨਮਾਨ ਹੈ, ਇੱਕ ਕਬੀਲਦਾਰੀ ਲੀਹ 'ਤੇ ਚੜ੍ਹੀ ਰਹਿੰਦੀ ਹੈ 1 ਕਰੋੜ ਰੁਪਈਆ ਦੇ ਕੇ। ਇਹ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਇਹਨਾਂ ਨੇ, ਸੋਚ ਸਕਦੇ ਸੀ, ਪਰ ਕਿਸੇ ਹੋਰ ਬਾਰੇ ਸੋਚਣ ਦਾ ਆਦਤ ਹੀ ਹੈ ਨਹੀਂ ਸੀ ਕਿਤੇ। ਆਪਦੇ ਘਰ ਤਾਂ ਉਹ 2-2, 3-3 ਪਾਸਿਓਂ ਭਰਦੇ ਨੇ, ਯਾਨੀ ਕਿ ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ 'ਤੇ ਥੱਲੇ ਵਾਲੇ ਫਲੋਰ 'ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ, ਉੱਪਰ ਵਾਲੇ ਫਲੋਰ 'ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ। 12-12 ਤੋਂ 20 ਪੌੜੀਆਂ ਨੇ, ਜੇ ਉਹ ਥੱਲੇ ਆ ਜਾਏ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ, ਜੇ ਇੱਧਰਲਾ ਤਾਹਾਂ ਚਲੇ ਜਾਵੇ ਉਹਦੀ ਪਾਰਟੀ ਬਦਲ ਜੂ, ਪਰ ਦੋਨੇ ਹੀ ਰੱਖੇ ਹੋਏ ਨੇ, ਤੂੰ ਆਹ ਰੱਖ ਮੈਂ ਆਹ ਰੱਖਦਾ, ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਹਾਂਗੇ, ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ, ਸਮਝ ਗਏ ਨਾ, ਸਾਰੇ ਜਾਣਦੇ ਹੀ ਹੋ, ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ। ਸੋ ਫਰਕ ਇੰਨਾ ਕੁ ਹੈ ਕਿ ਅਸੀਂ ਤੁਹਾਡੇ ਨਾਲ ਹਾਂ, ਅਸੀਂ ਤਾਂ ਤੁਹਾਡੇ ਵਰਗੇ ਹਾਂ, ਪਰ ਪਰਮਾਤਮਾ ਵੀ ਹੈਗਾ, ਪਰਮਾਤਮਾ ਲੋਕਾਂ 'ਚ ਹੀ ਵੱਸਦਾ। ਕਦੋਂ ਦੇ ਸੋਚੀ ਜਾਂਦੇ ਅਸੀਂ ਕੁਛ ਬਣਾਂਗੇ, ਲੋਕ ਬਣ ਨਹੀਂ ਦਿੰਦੇ, ਕਹਿੰਦੇ ਬਣ ਕੇ ਦਿਖਾਇਓ ਤੁਸੀਂ। ਇੱਦਾਂ ਬੜੀਆਂ ਉਹਨਾਂ ਨੇ ਅਚਕਦਾਂ ਸਮਾ ਰੱਖੀਆਂ ਨੇ, ਸੂਟ ਸਮਾ ਰੱਖੇ ਨੇ ਵੀ ਆਹ ਪਾਵਾਂਗੇ ਸਹੁੰ ਚੁੱਕ ਸਮਾਗਮ 'ਤੇ, ਉਹ ਸਹੁੰ ਚੁੱਕ ਸਮਾਗਮ ਆਉਂਦੇ ਹੀ ਨਹੀਂ, ਕਿਉਂਕਿ ਸਹੁੰਾਂ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ। ਟੋਲ ਪਲਾਜ਼ੇ ਸਾਰੇ ਉਹਨਾਂ ਨੇ ਲਵਾਏ, ਮੈਂ ਬੰਦ ਕਰਾਏ, 17 ਟੋਲ ਪਲਾਜ਼ੇ ਬੰਦ ਕਰਾਤੇ, 60 ਲੱਖ ਰੁਪਈਆ ਪੰਜਾਬੀਆਂ ਦਾ ਇੱਕ ਦਿਨ ਦਾ ਬਚਣ ਲੱਗ ਗਿਆ ਜੀ। ਔਰ 17 ਟੋਲ ਪਲਾਜ਼ਿਆਂ 'ਚੋਂ 14 ਟੋਲ ਪਲਾਜ਼ੇ ਤੁਹਾਡੇ ਵਾਲੇ ਨੇ ਲਵਾਏ ਸੀ ਜਦੋਂ ਮੰਤਰੀ ਹੁੰਦਾ ਸੀ, ਤੁਹਾਡੇ ਜਿਹੜੇ ਇੱਥੋਂ ਚੁਣ ਕੇ ਭੇਜ ਦਿਓ। ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ,
ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ। ਸੋ ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ, ਰਾਜਗੁਰੂ ਸੁਖਦੇਵ ਹੋਰਾਂ ਦੀ ਵਿਰਾਸਤ ਹੈ, ਉਹਨਾਂ ਨੇ ਖੂਨ ਆਪਣੇ ਖੂਨ ਦੀ ਬਲੀ ਦੇ ਕੇ ਫਾਂਸੀਆਂ 'ਤੇ ਚੜ੍ਹ ਕੇ ਆਪਾਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਆ। ਇਹਨਾਂ ਵੋਟਰ ਕਾਰਡਾਂ ਨੂੰ ਐਵੇਂ ਨਾ ਸਮਝਿਓ, ਬਹੁਤ ਮਹਿੰਗੇ ਮਿਲੇ ਆ, ਬਹੁਤ ਮਹਿੰਗੇ ਭਾਅ ਮਿਲੇ ਆ। ਇਹਨਾਂ ਨੂੰ ਐਵੇਂ ਨਾ ਵੇਚ ਦਿਆ ਕਰੋ, ਐਵੇਂ ਨਾ ਦੇ ਦਿਆ ਕਰੋ ਕਿਸੇ ਨੂੰ ਵੀ ਚੱਲ ਕੋਈ ਗੱਲ ਨਹੀਂ ਵੋਟ ਹੀ ਨੇ, ਲੈ ਲਾ ਕਾਰਡ ਲੈ ਜਾਂਦਾ। ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਪੰਜ ਸਾਲ ਤੁਹਾਨੂੰ ਵੇਚੂਗਾ, ਫਿਰ ਤੁਸੀਂ ਲਾਂਭਾ ਨਹੀਂ ਦੇ ਸਕਦੇ ਉਹਨੂੰ। ਜੇ ਕਿਸੇ ਲੀਡਰ ਨੂੰ ਤੋਂ ਤੁਸੀਂ ਪੈਸੇ ਲੈ ਲਏ ਵੋਟਾਂ ਬਦਲੇ, ਵੀ ਮਸਤਾ ਜੀ ਪੰਜ ਵੋਟਾਂ ਸਾਡੇ ਤਾਂ 5000 ਰੁਪਏ ਇੱਕ ਵੋਟ ਦਾ ਲਵਾਂਗੇ, 25000 ਦੇ ਦਿਓ, ਉਹ ਦੇ ਦੂਗਾ 25000। ਹੈਗੇ ਨੇ ਉਹਨਾਂ ਕੋਲ ਲੁੱਟੇ ਹੋਏ। ਉਹ ਤੋਂ ਬਾਅਦ ਉਹ ਜਿੱਤ ਗਿਆ, ਮੰਤਰੀ ਬਣ ਗਿਆ। ਤੁਸੀਂ ਉਹਦੇ ਕੋਲ ਕੋਈ ਕੰਮ ਨਹੀਂ ਜਾ ਸਕਦੇ ਫਿਰ। ਜੇ ਤੁਸੀਂ ਕਹੋਗੇ ਜੀ ਮੁੰਡੇ ਨੂੰ ਨੌਕਰੀ ਲਵਾ ਦਿਓ, ਉਹ ਕਹੂਗਾ ਜੀ 2 ਕਰੋੜ ਲੱਗੂਗਾ। ਤੁਸੀਂ ਕਹੋ ਕਮਾਲ ਕਰਦੇ ਹੋ ਜੀ ਨੇਤਾ ਜੀ, 2 ਕਰੋੜ ਅਸੀਂ ਤੁਹਾਨੂੰ ਵੋਟਾਂ ਪਾਈਆਂ। ਉਹ ਕਹੂਗਾ ਹਾਂ ਠੀਕ ਹੈ, ਫਿਰ ਜੋ ਵੋਟਾਂ ਦਾ ਤੁਹਾਡਾ ਰੇਟ ਸੀ ਅਸੀਂ ਤੁਹਾਨੂੰ ਦੇਤਾ, ਹੁਣ ਨੌਕਰੀ ਦਾ ਜਿਹੜਾ ਰੇਟ ਆ ਉਹ ਤੁਹਾਨੂੰ ਦਿਓ। ਫਿਰ ਕੀ ਬੋਲੋਗੇ ਉਹਦੇ ਮੂਹਰੇ ਤੁਸੀਂ? ਬਜਾਏ ਇਸ ਦੇ ਇਮਾਨਦਾਰ ਬੰਦਿਆਂ ਨੂੰ, ਇਮਾਨਦਾਰ ਪਾਰਟੀ ਨੂੰ ਵੋਟ ਪਾਓ। ਹਰੇਕ ਮਹੀਨੇ 4-5 ਹਜ਼ਾਰ ਤਾਂ ਬਿਜਲੀ ਦਾ ਬਿੱਲ ਹੀ ਬਚਣ ਲੱਗ ਗਿਆ, ਹਰੇਕ ਮਹੀਨੇ 4-5 ਹਜ਼ਾਰ ਡਾਕਟਰ ਦਾ ਬਿੱਲ ਬਚਣ ਲੱਗ ਗਿਆ, ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਫਰੀ ਹੋ ਜਾਣੀਆਂ ਨੇ, ਨੌਕਰੀਆਂ ਮਿਲਣ ਲੱਗ ਗਈਆਂ। ਕਿਉਂਕਿ ਇਮਾਨਦਾਰ ਸਰਕਾਰ ਹੈ, ਕਿਉਂਕਿ ਇਮਾਨਦਾਰ ਪਾਰਟੀ ਹੈ। ਇਹਦੇ ਨਾਲ ਤੁਹਾਨੂੰ 1 ਸਾਲ 'ਚ ਘੱਟੋ ਘੱਟ 1 ਲੱਖ ਤੋਂ 1.5 ਲੱਖ ਬਚੂਗਾ। ਕਿੱਥੇ 5 ਹਜ਼ਾਰ ਲੈਣਾ 5 ਸਾਲ ਦਾ, ਅਤੇ ਉਦੋਂ ਬਾਅਦ ਉਹਨੇ ਫਿਰ ਵੇਚਣਾ ਤੁਹਾਨੂੰ, ਤੁਸੀਂ ਬੋਲ ਵੀ ਨਹੀਂ ਸਕਦੇ ਕੁਛ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਆਪਦੇ ਦੁੱਖ ਸੁੱਖ ਸਾਥੀ ਜਿਹੜੇ ਨੇ ਉਹ ਇਹੋ ਜਿਹੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਨ੍ਹਾਂ ਨੂੰ ਪਤਾ ਹੋਵੇ। ਆ ਮੈਂ ਪੱਤਰਕਾਰ ਪੁੱਛਣ ਲੱਗ ਗਏ ਕਿ ਜੀ ਇਹ ਦਰੱਖਤਾਂ ਬਾਰੇ, ਆ ਨਹਿਰਾਂ ਬਾਰੇ, ਇਹ ਪਹਿਲਾਂ ਤਾਂ ਕਿਸੇ ਨੇ ਸੋਚਿਆ ਨਹੀਂ। ਆ ਨਾਲ ਹੀ ਤਾਂ ਇਹਨਾਂ ਦਾ ਪਿੰਡ ਹੈ ਜੀ, ਉਹਨਾਂ ਦਾ ਪਿੰਡ ਹੈ ਬਾਦਲਾਂ ਦਾ ਨਾਲ ਹੀ, ਇਹਨਾਂ ਨੇ ਤਾਂ ਸੋਚਿਆ ਨਹੀਂ। ਤਾਂ ਇੱਕ ਬਜ਼ੁਰਗ ਬੋਲ ਪਿਆ ਅੱਗਿਓਂ, 70-75 ਸਾਲ ਦਾ ਬਜ਼ੁਰਗ ਹੋਣਾ, ਮੈਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਂਦੀ, ਜਦੋਂ ਲੋਕ ਜਵਾਬ ਦੇਣ ਲੱਗ ਜਾਣ ਫਿਰ ਨਜ਼ਾਰਾ ਹੋਰ ਹੁੰਦਾ। ਉਹ ਕਹਿੰਦਾ ਗੱਲ ਸੁਣ ਭਾਈ ਪੱਤਰਕਾਰਾ, ਤੂੰ ਕਹਿੰਦਾ ਨਹਿਰਾਂ ਬਾਰੇ ਪਹਿਲਾਂ ਇਹਨਾਂ ਨੇ ਸੋਚਿਆ ਨਹੀਂ। ਉਹ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੈ? ਉਹਨਾਂ ਨੂੰ ਕੀ ਪਤਾ 3 ਇੰਚ ਮੋਗਾ ਉੱਚਾ ਹੋ ਜਾਵੇ ਤਾਂ ਕਿੰਨਾ ਕੁ ਫਾਇਦਾ ਹੁੰਦਾ, 3 ਇੰਚ ਨੀਵਾਂ ਹੋ ਜਾਵੇ ਕਿੰਨਾ ਕੁ ਫਾਇਦਾ? ਕਹਿੰਦਾ ਮੋਗਿਆਂ ਦਾ ਤਾਂ ਉਹਨਾਂ ਨੂੰ ਹੀ ਪਤਾ ਜਿਹੜੇ 1-1 ਮਿੰਟ ਦੇ ਪਾਣੀ ਪਿੱਛੇ ਬੰਦਾ ਵੱਢ ਦਿੰਦੇ ਨੇ, ਇਹਨਾਂ ਨੂੰ ਕੀ ਪਤਾ? ਇਹਨਾਂ ਤਾਂ ਨਹਿਰਾਂ ਜਿਹੜੀਆਂ ਨੇ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ, ਇਹਨਾਂ ਨੂੰ ਕੀ ਪਤਾ? ਮੈਂ ਕਹਾਂ ਜੀ ਦਰੱਖਤਾਂ ਦਰੁਖਤਾਂ ਬਾਰੇ ਪਹਿਲਾਂ ਤਾਂ ਨਹੀਂ ਸੋਚਿਆ, ਦਰੱਖਤਾਂ ਦੀਆਂ ਵੋਟਾਂ ਨਹੀਂ ਹੈਗੀਆਂ। ਤੁਸੀਂ ਐਂ ਕਰੋ ਦਰੱਖਤਾਂ ਦੀਆਂ ਵੋਟਾਂ ਬਣਾ ਦਿਉ। ਆ ਚੰਦੂ ਮਾਜਰੇ ਹੋ ਰਹੀ, ਦਲਜੀਤ ਚੀਮੇ ਹੋ ਰਹੀ, ਸੁਖਬੀਰ ਬਾਦਲ ਹੋ ਰਹੀ, ਮੈਂ ਤੁਹਾਨੂੰ ਟਾਲੀਆਂ ਨੂੰ ਜੱਫੀਆਂ ਪਾਉਂਦੇ ਦਿਖਾਊਂ। ਹਾਂ ਤੁਸੀਂ ਦੇਖਿਓ ਸਹੀ, ਆ ਪ੍ਰਤਾਪ ਬਾਜਵਾ ਕਿੱਕਰ ਨੂੰ ਜੱਫੀ ਪਾਈ ਬੈਠਾ ਹੋਊਗਾ, ਨਾਲ ਕਹੂਗਾ ਕਿ ਸਾਡੇ ਤਾਂ ਬਹੁਤ ਪੁਰਾਣੇ ਸੰਬੰਧ ਹੈ ਇਸ ਕਿੱਕਰ ਨਾਲ, ਮੇਰੇ ਦਾਦਾ ਜੀ ਇਸੇ ਕਿੱਕਰ ਦੇ ਤੁੱਕਿਆਂ ਦਾ ਚਾਰ ਖਾਂਦੇ ਰਹੇ ਹੈ। ਬਣਾ ਦਿਉ ਵੋਟਾਂ ਦਰੱਖਤਾਂ ਦੀਆਂ, ਤਾਂ ਦਰੱਖਤਾਂ ਦੀਆਂ ਮਿੰਨਤਾਂ ਕਰਦੇ ਦੇਖੋ ਤੁਸੀਂ ਇਹ, ਵੀ ਤੁਹਾਡੇ ਇਕੱਲੇ ਇਕੱਲੇ ਪੱਤੇ ਦੀ ਰਖਵਾਲੀ ਕਰਾਂਗੇ, ਵੋਟਾਂ ਪਾ ਦਿਓ ਬਸ ਸਾਨੂੰ। ਅਸੀਂ ਤੁਸੀਂ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਬਣਾ ਦਿਉ। ਆ ਚੰਦੂ ਮਾਜਰੇ ਹੋਰੀ, ਮੈਂ ਤੁਹਾਨੂੰ ਨਹਿਰਾਂ 'ਚ ਤਾਰੀਆਂ ਲਾਉਂਦੇ ਦਿਖਾਊਂਗੀ, ਮੇਰਾ ਦਾਦੇ ਨੇ ਵੀ ਇੱਥੇ ਸਿੱਖੀ ਸੀ ਜਿਹੜੀ
ਤੈਰਾਕੀ, ਤੈਰਨਾ ਇਸੇ ਨਹਿਰ 'ਚ ਸਿੱਖਿਆ ਸੀ, ਮੱਝਾਂ ਮੁੱਝਾਂ ਵੀ ਇੱਥੇ ਨਵਾਉਂਦੇ ਰਹੇ ਹਾਂ, ਬਹੁਤ ਪੁਰਾਣਾ ਸੰਬੰਧ ਹੈ ਇਸ ਨਹਿਰ ਨਾਲ। ਬਸ ਆਹੀ ਹੈ ਨਾ, ਵੋਟਾਂ ਨਹੀਂ ਹੈਗੀਆਂ ਉਹਨਾਂ ਦੀਆਂ, ਪਹਿਲਾਂ ਉਹਨਾਂ ਬਾਰੇ ਕਿਸੇ ਨੇ ਸੋਚਿਆ ਨਹੀਂ, ਆਪਾਂ ਸੋਚਾਂਗੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਨਾਨਕ ਸਾਹਿਬ ਨੇ ਕਿਹਾ ਧਰਤੀ ਪਾਣੀ ਅਤੇ ਹਵਾ ਇਹ ਚੀਜ਼ਾਂ ਬਚਾਉਣੀਆਂ ਆਪਾਂ, ਦਰਜੇ ਉਹ ਬਚਾਉਣੇ ਨੇ। ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਇੱਕ ਜਕਾਰਾ ਛੱਡ ਕੇ ਮੇਰਾ ਹੌਸਲਾ ਸਾਡਾ ਸਾਰੀ ਟੀਮ ਦਾ ਵਧਾ ਦਿਓ। ਬੋਲੇ ਸੋ ਨਿਹਾਲ, ਸੋ ਇਹਨਾਂ ਨੂੰ ਜੋ ਮਰਜ਼ੀ ਸੋਚੀ ਜਾਣ ਦਿਓ, ਆਪਾਂ ਨੇ ਕੀ ਲੈਣਾ। ਤਾਂ ਇਕੱਲਾ ਵੋਟਾਂ ਹੀ ਸੋਚਦੇ ਆ, ਜਿੱਥੇ ਵੋਟਾਂ ਉੱਥੇ ਜਾਂਦੇ ਆ, ਉੱਥੇ ਹੱਥ ਬੰਨਦੇ ਆ, ਹੋਰ ਇਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਇੱਧਰ ਉੱਧਰ। ਸੋ ਉਹ ਕਾਲੀਆਂ ਐਨਕਾਂ ਲਾ ਕੇ ਨਿਕਲਦੇ ਆ, ਟੈਂਪਰੇਚਰ ਪੁੱਛ ਕੇ ਨਿਕਲਦੇ ਆ, ਅਫਸਰਾਂ ਨੂੰ ਟੈਂਪਰੇਚਰ ਪੁੱਛਦੇ, ਹਾਓ ਇਜ਼ ਦਾ, ਹਾਓ ਮੱਚ ਇਜ਼ ਦਾ ਟੈਂਪਰੇਚਰ, ਉਹ ਕਹਿੰਦੇ ਸਰ 40 ਡਿਗਰੀ, ਓ ਮਾਈ ਗੋਡ, ਟੂ ਹੋਟ, ਟੂ ਹੋਟ। ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ, ਉਦੋਂ ਪੰਜਾਬ ਬਚਾਉਣ ਚੱਲਾਂਗੇ। ਲੈ ਦੱਸ, 40 ਡਿਗਰੀ 'ਚ ਨਿਕਲ ਨਹੀਂ ਸਕਦੇ, ਇੰਨੇ ਮੁਲਾਇਮ ਨੇ ਇਹ, ਅਤੇ ਆਪਾਂ ਉਨੇ ਚਿਰ 'ਚ ਕੱਢ ਦਿੰਦੇ ਹਾਂ ਅੱਧਾ ਪੰਜਾਬ। ਆਪਾਂ ਬੋਰ ਵਾਲੇ ਟੋਇਆਂ 'ਚੋਂ ਨਿਕਲੇ ਹੋਏ ਹਾਂ, ਟਿਊਬ ਵਾਲੇ ਟੋਇਆਂ 'ਚੋਂ, ਆਪਣਾ ਆਪਣਾ ਕੀ ਰੀਸ ਕਰਨਗੇ। ਇੰਨਾ ਜ਼ਿਆਦਾ ਵੱਡਾ ਇਹਨਾਂ ਨੇ ਬਣਾ ਰੱਖਿਆ ਨੈਕਸਸ, ਉਹਨੂੰ ਅਸੀਂ ਹੁਣ ਤੋੜਨ 'ਤੇ ਲੱਗੇ ਹੋਏ ਹਾਂ। ਉਹਨੂੰ ਤੋੜ ਕੇ, ਚਿੱਟੇ ਵਾਲਾ ਜਿਹੜਾ ਕਿਹਾ ਹੈ ਨਾ, ਉਹਨੂੰ ਤੋੜ ਕੇ ਜਿਹੜੇ ਮਰੀਜ਼ ਨੇ ਮੁੰਡੇ, ਮੈਂ ਉਹਨਾਂ ਨੂੰ ਮਰੀਜ਼ ਹੀ ਕਹੂੰਗਾ, ਜਿਹੜੇ ਲੱਗ ਗਏ ਉਹ ਵਿਚਾਰੇ ਮਰੀਜ਼ ਨੇ, ਉਹਨਾਂ ਨੂੰ ਹਸਪਤਾਲਾਂ 'ਚ ਲਿਜਾ ਕੇ ਠੀਕ ਕਰਾਂਗੇ। ਅਤੇ ਜਿਹੜੇ ਤਸਕਰ ਨੇ, ਜਿਹੜੇ ਵੇਚਦੇ ਨੇ, ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ, ਸਖ਼ਤ ਤੋਂ ਸਖ਼ਤ ਸਜ਼ਾਵਾਂ। ਹਰ ਰੋਜ਼ ਫੜਦੇ ਵੀ ਹਾਂ, ਹਰ ਰੋਜ਼ ਕਿਲੋਆਂ ਦਾ ਕਿਲੋ ਹੀਰੋ ਨੂੰ ਫੜਦੇ ਹਾਂ, ਪਾਕਿਸਤਾਨ ਤੋਂ ਆਉਂਦੀ ਹੈ ਜਾਂ ਇੱਧਰੋਂ ਉੱਧਰੋਂ ਆਉਂਦੀ ਹੈ। ਅਸੀਂ ਪੁਲਿਸ ਨੂੰ ਇਹ ਕਿਹਾ ਹੋਇਆ ਕਿ ਜਿਹੜੇ ਵੀ SSP ਦੇ ਅੰਡਰ ਕੋਈ ਚਿੱਟੇ ਦਾ ਜਾਂ ਕੋਈ ਇਸ ਤਰ੍ਹਾਂ ਦਾ ਵਿਕਣ ਦਾ ਸਾਡੇ ਕੋਲ ਕੋਈ ਆ ਗਿਆ ਸਬੂਤ, ਅਸੀਂ ਉਹ SSP ਨੂੰ ਅਕਾਊਂਟੇਬਲ ਮੰਨਾਂਗੇ, ਅਸੀਂ ਉਹਨੂੰ ਜ਼ਿੰਮੇਵਾਰ ਮੰਨਾਂਗੇ, ਭਾਵੇਂ ਉਹਦਾ ਮੁਨਸ਼ੀ ਵੇਚਦਾ ਹੋਵੇ, ਪਰ ਅਸੀਂ ਉਹਨੂੰ ਅਫਸਰ ਨੂੰ ਕਹਾਂਗੇ ਭਾਈ ਤੂੰ ਆਪਣੇ ਮੁਨਸ਼ੀ 'ਤੇ ਕੰਟਰੋਲ ਕਰ, ਨਹੀਂ ਤਾਂ ਫਿਰ ਤੈਨੂੰ ਸਸਪੈਂਡ ਕਰਾਂਗੇ ਅਸੀਂ। ਬਹੁਤ ਧੰਨਵਾਦ ਇਸ ਗੱਲ ਦਾ ਕਿ ਤੁਸੀਂ ਸਾਥ ਦੇਈ ਜਾਂਦੇ ਹੋ, ਕਿਉਂਕਿ ਊਂ ਤਾਂ ਮੈਨੂੰ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਸਾਰੇ, ਆ ਜਿਹੜੇ ਦੂਜੇ ਵਿਰੋਧੀ ਪਾਰਟੀ ਵਾਲੇ ਆ, ਉਹ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ, ਮੈਨੂੰ ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ।